ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹੱਥ ਜੋੜ ਕੇ ਸਾਰੇ ਨਗਰ ਵਾਸੀਆਂ ਨੂੰ ਬੇਨਤੀ, ਆਪ ਜੀ ਨੂੰ ਪਤਾ ਕਿ ਕੱਲ ਇੱਕ ਆਪਣੇ ਪਿੰਡ ਦਾ ਹੀ ਹੈ ਵੀਰ ਭੋਲਾ ਸਿੰਘ, ਉਹਨੇ ਵੀਡੀਓ ਪਾਈ ਸੀ ਜੀ। ਉਹ ਕੌਰੀ ਪ੍ਰਤੀ, ਕੌਰੀ ਦੇ ਪਰਿਵਾਰ ਪ੍ਰਤੀ, ਇਹਦੀ ਭੈਣ ਪ੍ਰਤੀ, ਇਹਦੇ ਨਿੱਜੀ ਜੋ ਇਹਦੀ ਕਿਰਤ ਆ ਉਹਦੇ ਪ੍ਰਤੀ ਉਹ ਬੋਲਿਆ ਸੀਗਾ ਵੀ ਕੌਰੀ ਨੇ ਆਪਦੀ ਭੈਣ ਦਾ ਵਿਆਹ ਕਿੱਥੋਂ ਕੀਤਾ, ਉਹਨੇ ਕਮੇਟੀ ਤੋਂ ਪੈਸੇ ਲਾਏ ਆ। ਕੱਲ੍ਹ ਉਹਨੂੰ ਟਾਈਮ ਦਿੱਤਾ ਸੀ, ਹੁਣ ਇਹ ਵੀ ਗੱਲ ਆਖੀ ਸੀ ਭੋਲੇ ਨੇ ਵੀ ਜੇ ਮੈਂ, ਮੇਰੇ ਕੋਲ ਪ੍ਰੂਫ ਆ ਵੀ ਤੁਸੀਂ ਕਮੇਟੀ ਦੇ ਵਿੱਚੋਂ ਪੈਸੇ ਲਾਏ ਆ ਵੀ ਕਮੇਟੀ ਤੁਸੀਂ ਐਂ ਕਰਦੇ, ਮੇਰੇ ਕੋਲ ਸਾਰੇ ਪ੍ਰੂਫ ਆ। ਅਸੀਂ ਹੁਣ ਇਹ ਗੱਲ ਆਖੀ ਸੀ ਸਾਰੇ ਕਮੇਟੀ ਮੈਂਬਰਾਂ ਨੇ, ਭਾਈ ਵੀ ਹੱਥ ਬੰਨ ਕੇ ਬੇਨਤੀ ਆ ਵੀ ਪ੍ਰੂਫ ਲੈ ਕੇ ਗੁਰਦੁਆਰਾ ਸਾਹਿਬ ਆ ਜੀ, ਗੁਰਦੁਆਰਾ ਗੋਸਰ ਸਾਹਿਬ। ਤਕਰੀਬਨ ਅਸੀਂ 9 ਵਜੇ ਦਾ ਟਾਈਮ ਦਿੱਤਾ ਸੀਗਾ, ਹੁਣ 10 ਵਜੇ ਦੇ ਵਿੱਚ 5 ਮਿੰਟ ਰਹਿ ਗਏ, ਉਹ ਇੱਥੇ ਆਇਆ ਜੀ। ਉਹ ਕਹਿੰਦਾ ਮੈਂ ਪ੍ਰੂਫ ਲੈ ਕੇ ਆਊਂਗਾ। ਫਿਰ ਗੱਲ ਉਹਨੇ ਵੀਡੀਓ ਦੇ ਵਿੱਚ ਇਹ ਕੀਤੀ ਸੀ, ਜੇ ਮੈਂ ਝੂਠਾ ਹੋਇਆ 100 ਬੰਦੇ ਦੇ ਵਿੱਚ ਪੈਰੀ ਹੱਥ ਲਾਉਂਦਾ, ਅਸੀਂ ਇੱਥੇ ਖੜੇ ਹਾਂ, ਇੱਥੇ ਆਇਆ ਜ਼ਰੂਰ ਆ, ਪਰ ਗੁਰਦੁਆਰੇ ਦੇ ਬਾਹਰ ਬਾਹਰ ਵੀ ਲਾਂਗੇ ਬੈਠ ਕੇ ਗੱਲ, ਕਿਉਂਕਿ ਜੋ ਵੀ ਕੋਈ ਇਹ ਤਤਕਾਰ ਤਾਂ ਹੈ ਨਹੀਂ ਸੀ ਆਪਣੀ, ਤਾਂ ਬੈਠ ਕੇ ਆਪਾਂ ਤਾਂ ਵਿਚਾਰ ਕਰਨੀ ਸੀ ਵੀ ਜੇ ਉਹ ਤੇਰੇ ਕੋਲੇ ਸਬੂਤ ਆ ਭਾਈ ਉਹ ਦੇ ਦੇ, ਜੋ ਕੌੜੀ ਕੌੜੀ ਕੋਲੇ ਸਬੂਤ ਆ ਉਹ ਤੈਨੂੰ ਕੌੜੀ ਦਊਗਾ। ਕਿਸੇ ਦੀ ਵੀ ਧੀ ਭੈਣ ਨੂੰ ਮਾੜਾ ਬੋਲਣਾ ਪਹਿਲਾਂ 100 ਵਾਰੀ ਸੋਚਣਾ ਚਾਹੀਦਾ ਵੀ ਆਪਾਂ ਕਿਸੇ ਦੀ ਇੱਜ਼ਤ ਬਾਰੇ ਯਾਰ ਕਿਉਂ ਆਪਾਂ ਖਰਨ ਉਡਾਉਂਦੇ ਹਾਂ ਕਿ ਸਾਰਿਆਂ ਦੀ ਇੱਜ਼ਤ ਆ, ਉਹ ਤੇਰੀ ਵੀ ਇੱਜ਼ਤ ਆ, ਇਹਦੀ ਵੀ ਇੱਜ਼ਤ ਆ, ਸਾਰਿਆਂ ਦੀ ਆਪਾਂ ਇੱਜ਼ਤ ਆ, ਹਨਾ। ਆਪਣੇ ਪਿੰਡ ਦੀ ਧੀ ਭੈਣ ਬਾਰੇ ਆਪਾਂ ਐਂ ਬੋਲਣਾ ਵੀ ਤੁਸੀਂ ਧੀ ਦਾ ਵਿਆਹ ਕਰਤਾ, ਉੱਥੇ ਵਿਆਹ ਕਰਤਾ, 4 ਸਾਲ ਪਹਿਲਾਂ ਵਿਆਹ ਹੋਇਆ ਹੈਗਾ, ਉਹਦੇ ਸਹੁਰਿਆਂ ਤੱਕ ਵੀਡੀਓ ਕੋ ਜਾਊਗੀ ਯਾਰ, ਉਹ ਕੀ ਕੁਛ ਹੋਊਗਾ, ਉੱਥੇ ਨਾਰਾਜ਼ਗੀ ਨਾ ਹੋਊਗੀ ਵੀ ਯਾਰ ਵੀ ਕਮੇਟੀਆਂ ਦੇ ਵਿੱਚੋਂ ਆਏ ਕੁੜੀਆਂ ਦੇ ਵਿਆਹ ਕਰਦੇ ਆ। ਜੇ ਕੋਈ ਹਿਸਾਬ ਕਿਤਾਬ ਕਮੇਟੀ ਦਾ ਲੈਣਾ, ਸਰਕਾਰ ਕਮੇਟੀ ਦਾ ਦਫ਼ਤਰ ਆ ਬੱਗੇ ਕਿਦਰ ਦੀ ਚੱਕੀ ਗਲੇ, ਉੱਥੇ ਜਾ ਕੇ ਇੱਕ ਇੱਕ ਰੁਪਏ ਦਾ ਹਿਸਾਬ ਲੈਣਾ। ਸਾਡਾ ਅਸੀਂ ਇੱਥੇ ਇਕੱਠੇ ਹੋਏ ਸੀ, ਅੱਜ ਤੋਂ ਬਾਅਦ ਸਾਡਾ ਕੋਈ ਭੋਲਾ ਸਿੰਘ ਦੇ ਨਾਲ ਰੌਲਾ ਨੀਗਾ, ਕੱਲ ਨੂੰ ਵੀ ਗੱਲਬਾਤ ਹੋਊਗੀ, ਅਸੀਂ ਉਹਦੇ ਜ਼ਿੰਮੇਦਾਰ। ਕਿਸੇ ਹੋਰ ਦੀ ਵੀਡੀਓ ਚੱਕ ਕੇ ਪਾ ਦੀ ਐਵੇਂ ਕੋਈ ਸਾਡਾ ਨਾਮ ਬਦਨਾਮ ਕਰੀ ਜਾਵੇ, ਅਸੀਂ ਤਾਂ ਅੱਜ ਉਹਦੇ ਨਾਲ ਭਰਾ ਨਾ ਬੈਠ ਕੇ ਗੱਲ ਕਰਨੀ ਸੀ। ਸਿਧਾਂਤ ਜੋ ਉਹ ਤੱਥਾਂ ਦੀ ਗੱਲ ਕਰਦਾ ਸੀ, ਉਹ ਤੱਥ ਲੈ ਕੇ ਆਉਂਦਾ, ਆਪਦੇ ਤੱਥ ਇਧਰੋਂ ਵੀ ਸਬੂਤ ਪੇਸ਼ ਕਰਦੇ, ਹਨਾ। ਇਹਦੇ ਵਿੱਚ ਕੋਈ ਤਤਕਾਰ ਨਹੀਂ ਸੀ ਬੈਠ ਕੇ, ਕਿਉਂਕਿ ਕਮੇਟੀ ਇੱਕ ਪਰਿਵਾਰ ਆ, ਜਦੋਂ ਵੀ ਕੋਈ ਕਮੇਟੀ ਦੀ ਗੱਲ ਹੋਊਗੀ ਕਮੇਟੀ ਦੇ ਸਾਰੇ ਮੈਂਬਰ ਹੀ ਆਉਣਗੇ। ਇੱਥੇ ਪੰਚਾਇਤ ਵੀ ਖੜੀ ਆ, ਮੋਤਵਾਰ ਆਗੂ ਵੀ ਖੜੇ ਆ, ਆਮ ਆਦਮੀ ਪਾਰਟੀ ਦੇ ਸਾਰੇ ਖੜੇ ਹੈਗੇ ਇੱਥੇ, ਇਹ ਕੋਈ ਉਹ ਨਹੀਂ ਗੀ। ਇਸ ਕਰਕੇ ਹੱਥ ਬੰਨ ਕੇ ਬੇਨਤੀ ਆ, ਪਹਿਲਾਂ ਤਾਂ ਆਪਾਂ ਪਿੰਡ ਦੇ ਵਿੱਚ ਤੋਂ ਫਾੜ ਨਾ ਪਾਈਏ, ਚੰਗੇ ਮਸਲਿਆਂ ਨੂੰ ਮੂਹਰੇ ਲੈ ਕੇ ਆਈਏ। ਜੇ ਕੋਈ ਮੰਨ ਕੇ ਚੱਲੋ ਮੇਰੇ ਵਿੱਚ ਕਮੀ ਆ, ਮੇਰੇ ਵਿੱਚ ਕੋਈ ਗਲਤੀ ਆ, ਉਹ ਮੈਨੂੰ ਕੋਈ ਸਿੱਧਾ ਆ ਕੇ ਕਹਿੰਦੀ ਵੀ ਤੇਰੇ ਵਿੱਚ ਆਹ ਗਲਤੀ ਆ, ਆਪਾਂ ਪ੍ਰਫੁੱਲ ਥੋੜੋ ਕਰਨਾ ਦੁਨੀਆਂ ਨੂੰ, ਇਹ ਆਪਾਂ ਕੋਈ ਸ਼ੇਰ ਥੋੜੋ ਆਗੇ ਆਹ ਗੱਲਾਂ ਕਰਕੇ। ਸ਼ੇਰ ਉਹ ਹੁੰਦਾ ਜਿਹੜਾ ਕਿ ਇਹਦੇ ਜੀਵਨ ਨੂੰ ਬਣਾ ਦੇ, ਔਗਣ ਜਿਹੜਾ ਕਿ ਇਹਦੀ ਜ਼ਿੰਦਗੀ ਚੋਂ ਦੂਰ ਕਰ ਦੇ। ਔਗਣ ਦਿਖਾਉਣੇ ਕੋਈ ਮਰਦ ਪੁਣੇ ਵਾਲਾ ਤੇ ਸ਼ੇਰ ਪੁਣੇ ਵਾਲਾ ਗੱਲ ਨਹੀਂ ਹੁੰਦੀ ਵੀ ਮੈਂ ਸ਼ੇਰ ਆ ਤੁਹਾਡੇ ਔਗਣ ਦਿਖਾ ਰਿਹਾ। ਜੇ ਇੱਕ ਔਗਣਾ ਮੰਨ ਲਗੇ ਵੀ ਇੱਕ ਔਗਣਾ ਤਾਂ 99 ਯਾਰ ਗੁਣ ਵੀ ਆ, ਦਵਾਈ ਦਾ ਲੰਗਰ ਆਪਣੇ ਪਿੰਡ 'ਚ ਚੱਲਦਾ, ਜਾਣਦੇ ਤੁਸੀਂ ਸਾਰੇ, ਦਿਖਾਇਆ ਜਿੱਦਾਂ ਕਿਸੇ ਨੇ ਹੋਰ ਔਲਾ ਬਈ ਕੋਈ ਹੋਰ ਕੁੱਟਮਾਰ ਕਰ, ਅਸੀਂ ਜ਼ਿੰਮੇਵਾਰ ਨੀ ਹੁੰਦੇ ਬਈ, ਅਸੀਂ ਗੁਰਦੁਆਰੇ ਖੜ ਕੇ ਹਾਏ ਮੈਂ ਜਾਣਦੇ ਮਹਾਰਾਜ ਨੂੰ, ਬਸ ਸਾਨੂੰ ਇੰਨਾ ਪਤਾ ਬਈ ਇੱਕ ਸਾਡਾ ਰੌਲਾ ਤੇ ਇਹਨਾਂ ਨੇ ਬੜਿਆ। ਠੀਕ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।